ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਅੱਜ ਦੇ ਵੀਡੀਓ ਦੀ ਸ਼ੁਰੂਆਤ ਹੈ ਜਿਹੜੀ ਆਪਾਂ ਕੈਨੇਡਾ ਦੀ ਸਨੋਫਾਲ ਨਾਲ ਕਰਾਂਗੇ। ਅੱਜ ਦੀ ਵੀਡੀਓ ਦਾ ਪਹਿਲਾ ਕਲਿੱਪ ਹੈ ਜਿਹੜਾ, ਉਹਦੇ ਵਿੱਚ ਤੁਸੀਂ ਕੈਨੇਡਾ ਦੀ ਸਟਾਰਟਿੰਗ ਦੀ ਸਨੋਫਾਲ ਹੈ ਜਿਹੜੀ ਉਹ ਦੇਖੋਗੇ, ਕਿਉਂਕਿ ਉੱਥੇ ਹਜੇ ਸ਼ੁਰੂਆਤ ਹੀ ਹੋਈ ਹੈ। ਤਾਂ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਊਗੀ। ਤਾਂ ਕਰਦੇ ਹਾਂ ਵੀਡੀਓ ਆਪਾਂ ਸ਼ੁਰੂ, ਠੀਕ ਹੈ ਜੀ? ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪਲੀਜ਼। ਅੱਜ ਅਸੀਂ ਪਾ ਰਹੇ ਹਾਂ ਮਿਰਚ ਦਾ ਅਚਾਰ, ਤੇ ਇਹ ਬੀਬੀਆਂ ਸਾਰਾ ਦਿਨ ਵੇਟ ਕਰਦੀਆਂ ਰਹੀਆਂ ਮੇਰੀ, ਕਿਉਂਕਿ ਇਹਨਾਂ ਨੂੰ ਮਿਰਚ ਦਾ ਅਚਾਰ ਨਹੀਂ ਪਾਉਣਾ ਆਉਂਦਾ, ਤੇ ਇਹਨਾਂ ਨੂੰ ਮੈਂ ਦੱਸ ਰਹੀ ਕੋਚਿੰਗ ਦੇ ਰਹੀ ਹਾਂ ਕਿ ਮਿਰਚ ਦਾ ਅਚਾਰ ਕਿਵੇਂ ਪਾਉਣਾ। ਨਿੱਕੇ ਜੀ ਵੇਟ ਨਹੀਂ ਕਰ ਦੇਣਾ ਸੀ ਰੇਟ, ਅਸੀਂ ਉਹ ਕਰਦੇ ਹਾਂ ਦੱਸ ਨਹੀਂ, ਅਸੀਂ ਆ ਨਹੀਂ, ਅਸੀਂ ਸੁੱਕ ਜਾਣੀ ਮਿਰਚਾਂ ਸਮਾਰ ਕੇ ਗਿੱਲੀਆਂ। ਅੱਛਾ, ਇਹਨੂੰ ਮਾਰ ਕੇ ਵੇਖ ਗਿਆ, ਇਹ ਝੂਠ ਮਾਰਦੀਆਂ ਨੇ, ਮੈਨੂੰ ਕਦੋਂ ਦੀਆਂ ਪੁੱਛੀ ਜਾਂਦੀਆਂ ਨੇ ਝੂਠ ਤੇ ਕਿਉਂ ਮਾਰ, ਮਿਰਚ ਦਾ ਅਚਾਰ ਕਿਵੇਂ ਪਾਉਣਾ, ਮਿਰਚ ਦਾ ਅਚਾਰ ਕਿਵੇਂ ਪਾਉਣਾ। ਹੁਣ ਕਹਿੰਦੀ ਆ ਸਾਨੂੰ ਆਉਂਦਾ ਤਾਂ ਸੀ, ਪਰ ਨਾ ਮਿਰਚਾਂ ਗਿੱਲੀਆਂ ਸੀ, ਇਸ ਤੋਂ ਤਾਂ ਕਹਿੰਦੇ ਸੀ ਗਿੱਲੀਆਂ ਸੀ, ਨਹੀਂ ਪਾਉਣੀ ਤਾਂ ਹੁਣ ਘਰੇ ਪਾਉਣੀ ਹੈ, ਆਉਣਾ ਸੀ ਫਿਰ ਪਾਇਆ ਗਿਆ ਸੀ, ਪਾਇਆ ਗਿੱਲੀਆਂ ਹੈ, ਧੁੱਪ ਲਵਾਉਣੀ ਸੀ, ਮੈਂ ਧੁੱਪ ਲਵਾਈ ਨਹੀਂ, ਅਸੀਂ ਆਪ ਤਾਂ ਸੁੱਕ ਗਈਆਂ ਧੁੱਪ 'ਚ ਬੈਠੀਆਂ, ਤੇ ਮਿਰਚਾਂ ਨੂੰ ਅੰਦਰ ਬਿਠਾਤਾ ਵਿਚਾਰੀ। ਉਹੀ ਗਿੱਲੀ ਆ ਗਈ, ਰੱਖੀ ਸੀ ਹੈਂ, ਇਹ ਰੱਖੀ ਸੀ, ਪਾਣੀ ਹੈ ਇਹਦੇ 'ਚ, ਦੇਖ ਉਹ ਪੱਟੀ ਕਾ ਹੈ ਨਹੀਂ ਸੀ, ਲਿਓ ਮੈਂ ਕਰ ਦਿੰਦੀ ਹਾਂ ਤਾਂ, ਆਹ ਫੜਾਓ, ਲਓ ਜੀ ਇਹ ਜਿਹੜਾ ਵੁੱਡ ਦਾ ਪਲੇਟਫਾਰਮ ਰੱਖਿਆ ਨਾ, ਇਸੇ ਕੰਮ ਲਈ ਰੱਖਿਆ ਸੀ, ਪਰ ਸਾਡੀ ਮਾਤਾ ਜਿਹੜੀ ਇਹ ਆਪਦੇ ਪੁਰਾਣੇ ਤਰੀਕੇ ਵੀ ਹੱਥ 'ਚ ਫੜ ਕੇ ਮਿਰਚ ਨੂੰ ਇਸ ਤਰ੍ਹਾਂ ਕਰਨਾ, ਜੇ ਆਪਾਂ ਥੋੜਾ ਜਿਹਾ ਸੌਖਾ ਕਰ ਲੈਂਦੇ, ਕਿਉਂਕਿ ਉਹ ਨਾ ਫਿਰ ਕੁੜੱਤਣ ਬਹੁਤ ਹੋ ਜਾਂਦੀ ਆ ਹੱਥਾਂ ਨੂੰ, ਕੌੜੇ ਕੌੜੇ ਲੱਗਦੇ, ਹੋਰ ਐਂ ਹੁਣ ਆਪਣੇ ਹੱਥ ਤਾਂ ਲੱਗਦਾ ਨੀ, ਇੱਕੋ ਵੀ ਫੇਰ ਕੌੜੀ ਫੇਰ ਵੀ ਹੈ ਤਾਂ ਮਿਰਚੀ ਹੈ, ਲਿਓ ਇਹ ਮਿਰਚਾਂ ਹੁੰਦੀਆਂ ਨੇ ਜਿਹੜੀਆਂ ਵੱਡੀਆਂ ਵੱਡੀਆਂ, ਇਹ ਕੌੜੀਆਂ ਨੀ ਹੁੰਦੀਆਂ, ਕੁੜੱਤਣ ਨੀ ਹੁੰਦੀ ਇਹਨਾਂ 'ਚ, ਪਰ ਇਹ ਸਵਾਦ ਬਹੁਤ ਲੱਗਦੀਆਂ ਨੇ, ਸਬਜ਼ੀ ਵਰਗੀ ਨਹੀਂ ਬਣਦੀ, ਹਾਂ ਇਹ ਜੇ ਸਬਜ਼ੀ ਨਾ ਵੀ ਹੋਵੇ ਤਾਂ ਵੀ ਵਧੀਆ ਰੋਟੀ ਖਾਧੀ ਜਾਂਦੀ ਹੈ ਇਹਨਾਂ ਨੂੰ, ਹਲਕਾ ਨਹੀਂ ਬੀਬੀ, ਮੈਂ ਤਾਂ ਉੱਠ ਕੇ ਸਭ ਮਿਰਚਾਂ ਦੀ ਸਬਜ਼ੀ ਬਣਾ ਕੇ ਦੇ, ਮੈਨੂੰ ਵੀ ਇਹੀ ਵਧੀਆ ਲੱਗਦੀ, ਮੈਂ ਅਚਾਰ ਵੈਸੇ ਖਾਂਦੀ ਨਹੀਂ, ਪਰ ਮੈਨੂੰ ਇਹ ਵਾਲੇ ਮਿਰਚਾਂ ਦਾ ਅਚਾਰ ਬਹੁਤ ਵਧੀਆ ਲੱਗਦਾ, ਇਹ ਤਾਂ ਫੱਟੀ ਹੈ, ਪਾਣੀ ਹੈ ਵਿੱਚ, ਇਹਨੂੰ ਫੇਰ ਕਹਦੇ ਦਾਗਲ ਜੀ, ਪਾਉਣ ਵਾਲੀ ਨਹੀਂ ਮਿਰਚ, ਵੈਸੇ ਨਾ ਕਹਿੰਦੇ ਹੁੰਦੇ ਨੇ ਵੀ ਜਿਹੜਾ ਬੰਦੇ ਨੂੰ ਘੱਟ ਸੁਣਦਾ ਉੱਚੀ ਬੋਲਦਾ, ਪਰ ਸਾਡੇ ਉਲਟਾ ਕੰਮ, ਬੀਬੀ ਨੂੰ ਘੱਟ ਸੁਣਦਾ ਪਰ ਬੀਬੀ ਬੋਲਦੀ ਹੌਲੀ ਹੌਲੀ ਆ, ਤੇ ਮੇਰੇ ਵਰਗੀ ਸਾਰਾ ਦਿਨ ਸੰਗ ਪੜੀ ਜਾਂਦੀ ਹੈ ਸੁਣਾਉਣ ਵਾਸਤੇ ਗੱਲ, ਤੇ ਬੀਬੀ ਆਪਦੀ ਗੱਲ ਮੈਨੂੰ ਹੌਲੀ ਕਿਵੇਂ ਦੱਸ ਦਿੰਦੀ ਹੈ। ਲਓ ਜੀ ਮਿਰਚਾਂ ਨੂੰ ਲਾ ਲਏ ਆਪਾਂ ਕੱਟ ਸਾਰੀਆਂ ਨੂੰ, ਇਹਨੂੰ ਕਰ ਦੋ ਪਾਸੇ, ਚੱਕ ਲਓ ਪੱਠਾ ਲਾ ਲਓ, ਲਓ ਜੀ ਹੁਣ ਮੈਂ ਇਹਨਾਂ ਦੀ ਟੀਚਰ ਬਣ ਕੇ, ਗਾਈਡ ਟੀਚਰ ਬਣ ਕੇ ਇਹਨਾਂ ਨੂੰ ਮੈਂ ਅਚਾਰ ਪਾਉਣਾ ਸਿਖਾ ਰਹੀ ਹਾਂ,
ਪਰ ਬੀਬੀ ਮੰਨਣ ਨੂੰ ਤਿਆਰ ਨਹੀਂ। ਬੀਬੀ ਕਹਿੰਦੀ ਰੱਖ ਸਿਖਾ ਨਾ ਰਹੀ ਹੈ ਮੈਨੂੰ ਇਹ ਗਿੱਲਾ ਜੀ, ਮੈਂ ਹੁਣ ਸੁੱਕਾ ਭਾਂਡਾ ਲੈ ਕੇ ਆਵਾਂ ਨਾਲੇ ਮੈਂ ਇਹਨੂੰ ਵੀ ਥੋੜਾ ਜਿਹਾ ਗ੍ਰਾਇੰਡ ਕਰ ਲਿਆ। ਅਸੀਂ ਤੱਕ ਗਿੱਲੀਆਂ ਖਰਾਬ ਨਾ ਹੋ ਜਾਣ ਤਾਂ ਨਹੀਂ ਪਾਈਆਂ, ਹੋਰ ਨਹੀਂ ਚੱਪੀ ਵੀ ਹੈ ਮਿੰਟ ਚ ਭੱਟੀ ਪਾ ਦਿੰਦੇ ਫਿਰ ਆਪਾਂ ਡੱਬਾ ਡੁੱਬਾ ਵੀ ਨਹੀਂ ਸਿਖਾਉਣਾ। ਫਿਰ ਸਾਨੂੰ ਡੱਬਾ ਡੁੱਬਾ ਵੀ ਨਹੀਂ ਸਿੱਖਿਆ। ਲਓ ਜੀ ਆਹ ਲਓ ਜੀ ਆਹ ਹੈਗੀ ਮੇਰੇ ਕੋਲ ਰਾਈ, ਰਾਈ ਵੈਸੇ ਮੇਰੇ ਕੋਲ ਥੋੜ੍ਹੀ ਹੈ ਪਰ ਜਿੰਨੀ ਵੀ ਹੈ ਆਪਾਂ ਕੰਮ ਚਲਾ ਲਾਂਗੇ ਇਹਦੇ ਨਾਲ, ਸਾਰੀ ਪਾ ਦਿੰਦੀ ਹੈ ਫਿਰ ਸਾਰਾ ਕੁਛ ਨਿਕਲ ਦੇਖਦੀ ਜਾ ਤੂੰ। ਲਓ ਜੀ ਆਹ ਸਾਰੇ ਛਿਲਕੇ ਇਹਦੇ 'ਚ ਪਾ ਲਓ। ਲਓ ਜੀ ਹੁਣ ਮੈਂ ਪਾ ਰਹੀ ਹਾਂ ਇਹਦੇ ਵਿੱਚ ਹਲਦੀ। ਕਿਉਂ ਇੰਨੀਆਂ ਤਾਂ ਮਿਰਚਾਂ ਨੇ ਜੀ ਬਸ ਬਸ ਇੰਨੀਆਂ ਤਾਂ ਕਿੰਨੀਆਂ ਤਾਂ ਹੈ ਵੱਧ ਪਾ ਹਾਏ ਨਮਕ ਤੋਂ ਬਿਨਾਂ ਕੀ ਖਾਵਾਂਗੇ ਵੀ ਮਿਰਚ ਬਸ ਘਰ ਦੋ ਚਿਮਕੇ ਬਹੁਤ ਹੈ ਨੂੰ ਕਿੰਨੀਆਂ ਕੁ ਮਿਰਚਾਂ ਹੈ। ਲਓ ਤੇ ਹੁਣ ਮੈਂ ਇਹਦੇ ਵਿੱਚ ਪਾ ਲੂੰਗੀ ਥੋੜ੍ਹਾ ਜਿਹਾ ਸਰੋਂ ਦਾ ਤੇਲ, ਮੈਨੂੰ ਲੱਗਦਾ ਮੈਨੂੰ ਜ਼ਿਆਦਾ ਨਹੀਂ ਹੈ ਜ਼ਿਆਦਾ ਨਹੀਂ ਹੈ ਬਸ ਮੈਂ ਇੰਨਾ ਕੀ ਪਾਊਂਗੀ ਕਿ ਜਿਹੜਾ ਮਿਕਸਚਰ ਜਿਹਾ ਬਣ ਜੇ ਜੁੜ ਜੇ ਜਾਵੇ ਆਹ ਬਸ। ਚਮਚੇ ਦੀ ਲੋੜ ਨਹੀਂ ਹੈਗੀ ਇਹ ਮੇਰਾ ਦੇਸੀ ਸਟਾਈਲ ਹੈ, ਅਚਾਰ ਹੈ ਜਿਹੜਾ ਉਹ ਦੇਸੀ ਸਟਾਈਲ ਨਾਲ ਹੀ ਪੈਂਦਾ, ਚਮਚੇ ਚਮਚਿਆਂ ਨਾਲ ਅਚਾਰ ਨਹੀਂ ਪੈਂਦਾ ਇਹ ਵਿਊਅਰਸ ਨੂੰ ਸਾਰੇ ਪਤਾ ਹੀ ਹੈ। ਜਿਹੜੇ ਮੇਰੇ ਵਿਊਅਰਸ ਨੇ ਵੀਡੀਓ ਦੇਖਦੇ ਨੇ ਉਹ ਸਾਰੇ ਮੇਰੇ ਵਰਗੇ ਹੀ ਨੇ, ਉਹਨਾਂ ਸਾਰਿਆਂ ਨੂੰ ਪਤਾ ਹੈ ਵੀ ਅਚਾਰ ਹੈ ਜਿਹੜਾ ਉਹ ਚਮਚਿਆਂ ਨਾਲ ਨਹੀਂ ਪੈ ਸਕਦਾ। ਥੋੜ੍ਹਾ ਜਿਹਾ ਮੈਂ ਇਹਦੇ ਵਿੱਚ ਹੋਰ ਤੇਲ ਪਾ ਦਿੰਦੀ ਬਸ ਜੀ ਮਿਕਸਚਰ ਆਪਣਾ ਬਣ ਗਿਆ ਹਲਦੀ ਨਮਕ ਤੇ ਰਾਈ, ਬਸ ਇਹ ਆਪਾਂ ਇਹਦੇ ਵਿੱਚ ਪਾਈ ਜਾਵਾਂਗੇ ਤੇ ਡੱਬੇ ਚ ਸੁੱਟੀ ਜਾਵਾਂਗੇ। ਇਹ ਮੈਨੂੰ ਦੇਖਣਗੀਆਂ ਕਿਉਂਕਿ ਇਹ ਮੇਰੇ ਸਟੂਡੈਂਟ ਨੇ ਦੋਨੋਂ, ਸਾਡੀ ਬੀਬੀ ਨੇ ਨਾ ਜੀ ਬਹੁਤ ਮਿਹਨਤ ਕਰੀ ਹੈ ਸਾਨੂੰ ਪੜ੍ਹਾਉਣ ਲਿਖਾਉਣ ਚ। ਮੈਂ ਤਾਂ ਮਜ਼ਾਕ ਕਰਦੀ ਹਾਂ ਅਚਾਰ ਅਚੂਰ ਵਾਲੀ ਕੋਈ ਗੱਲ ਨਹੀਂ ਹੈ, ਬੀਬੀ ਸਾਡੀ ਬਹੁਤ ਸਚਿਆਰੀ ਬੁੜੀ ਲੱਗੀ ਹੈ ਸਚਿਆਰੀ ਬੁੜੀ ਹੈਗੀ ਹੈ ਤੇ ਸਾਡੇ ਨਾ ਆਂਢ ਗੁਆਂਢ 'ਚ ਮਤਲਬ ਬੀਬੀ ਨੂੰ ਪੁੱਛ ਕੇ ਕੰਮ ਕਰਦੀਆਂ ਨੇ ਲੇਡੀਜ਼ ਤੇ ਬੀਬੀ ਨੇ 2:30 ਵਜੇ ਉੱਠ ਉੱਠ ਕੇ ਸਾਨੂੰ ਉਠਾ ਕੇ ਚਾਹ ਪਿਆਉਣੀ, ਹੋਰ ਖਲਾਉਣਾ ਪਿਲਾਉਣਾ, ਨਹਾਉਣਾ, ਪਾਣੀ ਗਰਮ ਕਰਕੇ ਦੇਤਾ, ਬਦਾਮ ਮੱਖਣ ਪਾ, ਮੱਖਣ ਦੇ ਵਿੱਚ ਬਦਾਮ ਮਿਸ਼ਰੀ ਪਾ ਕੇ ਉਹ ਸਾਨੂੰ ਦੇਣਾ, ਹੈ ਨਾ ਬਹੁਤ ਮਿਹਨਤ ਨਾਲ ਪੜ੍ਹਾਇਆ ਤੇ ਇੱਥੋਂ ਤੱਕ ਪਹੁੰਚਾਇਆ। ਵੈਸੇ ਸਾਰੇ ਮਾਂ ਬਾਪ ਕਰਦੇ ਨੇ ਪਰ ਸਾਡੀ ਕਰਦੀ ਹੈ, ਸਾਰਿਆਂ ਲਈ ਕਰਦੇ ਨੇ ਜਿੰਨਾ ਕਰ ਸਕਦੇ ਨੇ, ਪਰ ਮੈਂ ਤਾਂ ਤੁਹਾਨੂੰ ਆਪਣੀ ਸਟੋਰੀ ਦੱਸ ਸਕਦੀ ਹਾਂ, ਹਾਂ ਤੁਹਾਨੂੰ ਤੁਹਾਡੀ ਆਪਣੀ ਪਤਾ ਹੈ ਤੇ ਬਹੁਤ ਮਿਹਨਤ ਕੀਤੀ ਹੈ ਸਾਨੂੰ ਪੜ੍ਹਾਉਣ ਲਿਖਾਉਣ 'ਚ ਬਹੁਤ ਯੋਗਦਾਨ ਹੈ ਤਾਂ ਹੀ ਅਸੀਂ ਕੁਛ ਬਣ ਪਾਏ ਹਾਂ। ਇਹਦਾ ਸਾਰੀਆਂ ਮਜ਼ਾਕ ਦੀਆਂ ਗੱਲਾਂ ਚਾਰਾ ਚੂਰ ਪਾਉਣਾ
ਇਹ ਸਭ ਵੀ ਤਾਂ ਹੁਣ ਮਾਵਾਂ ਤੇ ਸਿੱਖਿਆ ਹੁੰਦਾ, ਨਹੀਂ ਤਾਂ ਆਪਾਂ ਨੂੰ ਵੀ ਕੀ ਪਤਾ ਜੀ। ਅਚਾਰ ਸਾਡਾ ਪੈ ਗਿਆ, ਮਿਰਚਾਂ ਦਾ ਆਹ ਦੇਖ ਲਓ ਡੱਬਾ ਭਰਤਾ ਸੀ ਮਿਰਚਾਂ ਦਾ, ਅਚਾਰ ਪਾ ਕੇ ਹਰੀਆਂ ਹਰੀਆਂ ਮਿਰਚਾਂ ਬੜੀਆਂ ਸੋਹਣੀਆਂ ਲੱਗਦੀਆਂ ਨੇ, ਅਤੇ ਥੋੜ੍ਹੀਆਂ ਜਿਹੀਆਂ ਅਸੀਂ ਰੱਖ ਲਈਆਂ ਅਸੀਂ ਇੰਨੀਆਂ ਕੁ, ਇਹਦੀ ਨਾ ਸਬਜ਼ੀ ਬਣਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ। ਅਤੇ ਇੱਧਰ ਨਾ ਜਿਹੜਾ ਔਲਿਆਂ ਦਾ ਅਚਾਰ ਹੈ ਮੈਂ ਕਰਨੀ ਸੀਗੀ ਬੀਬੀ ਹੁਣਾਂ ਨੇ ਬਾਅਦ 'ਚ ਬਣਾ ਤਾ, ਬਣਿਆ ਤਾਂ ਬਹੁਤ ਸੋਹਣਾ ਪਰ ਹੁਣ ਮੈਨੂੰ ਰੈਸਪੀ ਨਹੀਂ ਪਤਾ ਲੱਗੀ ਇਹਦੀ, ਜੇ ਮੈਂ ਘਰ ਹੁੰਦੀ ਤਾਂ ਫਿਰ ਰੈਸਪੀ ਸ਼ੇਅਰ ਕਰਦੇ, ਚਲ ਜੋ ਦੁਬਾਰਾ ਪਾਵਾਂਗੇ ਉਹਦੀ ਰੈਸਪੀ ਹੈ ਜਿਹੜੀ ਸ਼ੇਅਰ ਕਰਾਂਗੇ। ਅਤੇ ਆਹ ਤੁਹਾਨੂੰ ਮੈਂ ਦਿਖਾ ਤਾ ਕਿ ਇਹ ਕਿਵੇਂ ਪੈਂਦਾ। ਅਤੇ ਅੱਜ ਅਸੀਂ ਬਣਾਇਆ ਸਾਗ, ਆਹ ਦੇਖੋ ਇੱਧਰ ਵੀ ਪਿਆ ਅਤੇ ਇੱਧਰ ਅਸੀਂ ਤੜਕਾ ਲਾ ਕੇ ਰੱਖਿਆ ਹੋਇਆ। ਅਤੇ ਫਿਰ ਬਣਾਵਾਂਗੇ ਆਪਾਂ ਨਿਰੀ ਮੱਕੀ ਦੀ ਰੋਟੀ। ਅਤੇ ਇੱਧਰ ਬੀਬੀਆਂ ਲੱਗੀਆਂ ਹੋਈਆਂ ਨੇ ਕੱਪੜਿਆਂ ਦੀਆਂ ਤਹਿਾਂ ਲਾਉਣ, ਸੋ ਹੁਣ ਕੱਪੜਿਆਂ ਦੀਆਂ ਤਹਿਾਂ ਲਾ ਰਹੀਆਂ ਨੇ ਦੋਨੋਂ ਬੀਬੀਆਂ ਰਾਣੀਆਂ। ਬਾਰਾਂ ਤਾਂ ਵੱਜ ਗਏ ਇੱਥੇ, ਰੋਟੀ ਰੋਟੀ ਖਾ ਕੇ ਗਈਆਂ, ਚੱਜ ਪੀ ਕੇ ਚਾਹ ਲੈ ਗਈਆਂ ਨਾਲ ਕਰਕੇ, ਅਤੇ ਉਹ ਫਿਰ ਉਦੋਂ ਫੋਨ ਆ ਗਿਆ, ਫਿਰ ਜਾ ਕੇ ਉੱਥੇ ਬਿੰਦਰ ਦਾ ਫੋਨ ਆ ਗਿਆ ਅਤੇ ਘੰਟਾ ਦੋ ਘੰਟਾ ਉੱਥੇ ਲੱਗੀ ਰਹੀ। ਫਿਰ ਫਿਰ ਅੰਦਰ ਫਿਰ ਆ ਜੀ ਆਪਾਂ ਇੱਥੇ ਆ ਕੇ ਗਏ ਨਾ, ਫਿਰ ਧੁੱਪੇ ਇੱਥੇ ਸ਼ਾਮੀ ਚਲ ਗਏ। ਅੱਜ ਬੀਬੀ ਦੱਸ ਰਹੀ ਹੈ ਵੀ ਅੱਜ ਅਸੀਂ ਫੋਨ ਬਿਲਕੁਲ ਨਹੀਂ ਚਲਾਇਆ ਸਾਰਾ ਦਿਨ, ਅਤੇ ਹੁਣ ਉਹਦਾ ਰੀਜ਼ਨ ਦੇ ਰਹੀ ਹੈ ਵੀ ਅਸੀਂ ਕਿਉਂ ਨਹੀਂ ਚਲਾਇਆ, ਕਿ ਅੱਜ ਅਸੀਂ ਬਸ ਇੱਥੇ ਤੁਰੀਆਂ ਫਿਰੀਆਂ, ਸਾਗ ਬਣਦਾ ਸੀ ਅਤੇ ਫਿਰ ਫੋਨ ਆ ਗਿਆ ਵਰਿੰਦਰ ਦਾ, ਬਸ ਅਸੀਂ ਫਿਰ ਉਹ ਸੁਣਦੇ ਘੰਟਾ ਡੇਢ ਘੰਟਾ ਲੰਘ ਗਿਆ। ਫਿਰ ਆ ਕੇ ਮੈਂ ਅਚਾਰ ਪਾਉਣ ਲਾ ਲਈ ਹਾਂ ਨਾਲ, ਅਤੇ ਹੁਣ ਬੀਬੀ ਨੇ ਆਪਦਾ ਫੋਨ ਆ ਜਿਹੜਾ ਸ਼ੁਰੂ ਕੀਤਾ, ਚਲੋ ਇੰਨਾ ਕੁ ਤਾਂ ਬਣਦਾ ਵੀ ਹੈ, ਫਿਰ ਵਿਚਾਰੀਆਂ ਨੇ ਹੁਣ ਫੋਨ ਵੀ ਤਾਂ ਚਲਾਉਣਾ ਹੀ ਆ, ਆਪਾਂ ਕਿਹੜਾ ਨਹੀਂ ਚਲਾਉਂਦੇ। ਲਓ ਜੀ, ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਕੇ ਜ਼ਰੂਰ ਦੱਸਿਓ, ਜਿਹੜੇ ਵਿਊਅਰਸ ਨਵੇਂ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ, ਅਤੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਆ ਕਰੋ। ਅਸੀਂ ਇੰਨੀ ਮਿਹਨਤ ਕਰਦੇ ਹਾਂ ਵੀਡੀਓ ਬਣਾਉਣ 'ਤੇ, ਪਰ ਤੁਸੀਂ 2 ਮਿੰਟ 3 ਮਿੰਟ 4 ਮਿੰਟ ਦੇਖ ਕੇ ਵੀਡੀਓ ਛੱਡ ਦਿੰਦੇ ਹੋ, ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਇਹ ਮੇਰੀ ਰਿਕੁਐਸਟ ਹੈ ਜੀ।